ਅੱਜ ਗੀਤ ਹੀ ਰਹਿ ਗਏ ਇੱਥੇ ਮਾਂ ਮਰੀ ਆ ਤੇ ਪੰਜ ਤਰ੍ਹਾਂ ਦੇ ਪਕੌੜੇ ਖਵਾਉਂਦਾ ਤੇ ਰੱਬ ਦੇ ਵਿਆਹ ਆ ਆ ਕਈ ਭੋਗਾਂ ਤੇ ਕੋਈ ਸ਼ਰਮ ਨਹੀਂ ਰਹਿ ਗਈ ਸਾਨੂੰ ਕਿਤੇ ਦਾਲ ਬਣਾਓ ਫੁਲਕਾ ਪੰਗਤ ਲਾਓ ਜਿੱਥੇ ਜਾਈਦਾ ਉੱਥੇ ਗੁਰਦੁਆਰੇ ਦੇ ਲੰਗਰ ਹਾਲ ਦੀ ਮਰਜ਼ਾਦਾ ਹੀ ਖਤਮ ਕਰਤੀ ਅੱਜ ਦਾਸ ਦੀ ਹਾਜ਼ਰੀ ਅੰਮ੍ਰਿਤ ਵੇਲੇ ਸ੍ਰੀ ਗੋਇੰਦਵਾਲ ਸਾਹਿਬ ਸੀ ਆਖੋ ਸਤਨਾਮ ਮਹਾਰਾਜ ਦੀ ਸ਼ਤਾਬਦੀ ਚੱਲ ਰਹੀ ਉਸ ਧਰਤੀ ਦੇ ਉੱਤੇ ਪਾਤਸ਼ਾਹ ਨੇ ਪੰਗਤ ਸੰਗਤ ਦੀ ਪ੍ਰਥਾ ਆਰੰਭ ਕੀਤੀ ਤੇ ਅੱਜ ਜਿੱਥੇ ਵੇਖੋ ਕਿਤੇ ਨਾ ਕਿਤੇ ਚੀਜ਼ਾਂ ਘਾਤਕ ਹੋਣਗੀਆਂ ਗੁਰਦੁਆਰੇ ਦੇ ਲੰਗਰ ਹਾਲ 'ਚ ਟੈਂਟ ਲਾਉਣਾ ਚੰਗੀ ਗੱਲ ਥੋੜ੍ਹਾ ਹੈ ਉੱਥੇ ਕੁਰਸੀਆਂ ਡਾਹ ਕੇ ਜੁੱਤੀਆਂ ਪਾ ਕੇ ਰੋਟੀ ਖਾਈਏ ਮਰਜ਼ਾਦਾ ਆਗਿਆ ਨਹੀਂ ਦਿੰਦੀ ਪਰ ਅਸੀਂ ਸ਼ੁਰੂਆਤ ਕਰ ਦਿੱਤੀ ਕੋਈ ਨਹੀਂ ਬੋਲਦਾ ਜਿਹੜਾ ਬੋਲਦਾ ਤਾਂ ਗਾਲਾਂ ਵੀ ਪੈ ਜਾਂਦੀਆਂ ਪੱਥਰ ਵੀ ਪੈਂਦੇ ਸੋ ਇਹ ਤਾਂ ਮੈਂ ਸ਼ਬਦ ਕਿਹਾ ਵੀ ਇੱਕ ਮਾਂ ਪਿਓ ਮਰਿਆ ਜਿਨ੍ਹਾਂ ਨੇ ਪੜ੍ਹਾਇਆ ਲਿਖਾਇਆ ਮਾਂ ਪਿਓ ਲੱਭਦਾ ਨਹੀਂ ਭਾਵੇਂ 100 ਸਾਲ ਦਾ ਤੁਹਾਡਾ ਫਰਜ਼ ਬਣਦਾ ਜੇ ਕਥਾ ਸੁਣ ਰਹੇ ਮੈਂ ਮੰਨ ਲਿਓ ਸਿਰਫ ਦਾਲ ਫੁਲਕਾ ਬਣਾਓ ਤੇ ਥੱਲੇ ਪੰਗਤ ਲਾਓ ਤੇ ਕੀਰਤਨ ਸੁਣੋ ਕਥਾ ਅਸੀਂ ਤਾਂ ਬਾਪੂ ਬੇਬੇ ਦਾ ਪਿਓ ਵੀ ਵਿਆਹ ਬਣਾ ਤਾ ਪਾਲਟੀ ਕਰਨੀ ਸ਼ੁਰੂ ਕਰਦੀ ਵੀ ਗੁਰੂ ਘਰ ਦੀ ਪੰਗਤ ਖਤਮ ਕਰਕੇ ਟੈਂਟ ਉੱਥੇ ਮਠਿਆਈਆਂ ਟਿੱਕੀਆਂ ਸਮੋਸੇ ਤੇ ਨਾਲ ਠੰਡੇ ਚਲਾ ਦਿੱਤੇ ਇਹ ਕੋਈ ਆਗਿਆ ਨਹੀਂ ਦੇਰੀ ਮਰਜ਼ਾਦਾ ਅੱਜ ਕੁਛ ਨਹੀਂ ਹੋਣਾ ਆਉਣ ਵਾਲੇ ਸਮੇਂ ਚ ਖਤਰਨਾਕ ਹੈ ਅੱਜ ਸਭ ਤੋਂ ਵੱਧ ਸਤਿਕਾਰ ਲਈ ਪਤਾ ਕਿਹੜੀ ਰੂਹ ਕਲਪਦੀ ਗਿਆਨੀ ਜਸਵੰਤ ਸਿੰਘ ਜੀ ਮੰਜੀ ਸਾਹਿਬ ਵਾਲੇ ਉਹਨਾਂ ਨੂੰ ਸਾਰੇ ਕਹਿਣਗੇ ਬਾਪੂ ਨੂੰ ਇੱਕੋ ਗੱਲ ਆਉਂਦੀ ਹੈ ਕੁਰਸੀ ਕਰਦਾ ਰਹਿੰਦਾ ਉਹਨਾਂ ਉਮਰ ਹਟਾਈ ਆ ਉਹਨਾਂ ਨੂੰ ਪਤਾ ਹੈ ਕਿਆ ਪਿਆ ਤੇ ਕਿਆ ਸਹਿਆ ਕਹਿੰਦੇ ਪਿਆ ਜਾਂਦਾ ਸੀ ਤੇ ਸਾਈਡ ਦੀ ਸਹਿਆ ਲੰਘ ਗਿਆ ਵਾੜੀ ਦੇ ਇੱਕ ਗਿੱਠ ਜਗ੍ਹਾ ਬਣੀ ਤੇ ਬਜ਼ੁਰਗ ਬਹਿ ਗਏ ਕਹਿੰਦੇ ਇਹ ਕੀ ਕਹਿੰਦੇ ਖਤਰਨਾਕ ਹੈ ਕਹਿੰਦੇ ਕੀ ਹੋਇਆ ਫਿਰ ਕੀ ਨਿੱਕਾ ਜਿਹਾ ਸਹਿਆ ਲੰਘ ਗਿਆ ਕਹਿੰਦੇ ਜਿੱਥੇ ਸਹਿਆ ਉੱਥੇ ਪਿਆ ਅੱਜ ਇਹ ਲੰਘਿਆ ਪਿੱਛੇ ਹੋਰ ਲੰਘੂ ਉਦੋਂ ਪਿੱਛੇ ਫਿਰ ਲੀਹ ਬਣ ਜਾਣੀ ਹੈ ਇਸ ਲੀਹ ਦੇ ਵਿੱਚ ਫਿਰ ਵੱਡੇ ਵੱਡੇ ਜੀਵ ਲੰਘੇ ਤੇ ਪਿਆ ਬਣ ਗਿਆ ਉਹ ਤਾਂ ਕਲਪ ਰਿਹਾ ਹੈ ਵੀ ਇਹਨਾਂ ਲੋਕਾਂ ਦੀ ਸੋਚ ਏਦਾਂ ਦੀ ਹੈ ਇਹਨਾਂ ਨੇ ਇੱਕ ਦਿਨ ਗੁਰੂ ਗ੍ਰੰਥ ਸਾਹਿਬ ਦੇ ਦਰਬਾਰ ਨੂੰ ਪੈਲਸ ਬਣਾ ਦੇਣਾ ਆ ਚਾਦਰਾਂ ਦਰੀਆਂ ਖਤਮ ਕਰਕੇ ਤੇ ਤੁਸੀਂ ਕੁਰਸੀਆਂ ਤੇ ਬੈਠੇ ਹੋਵੋਗੇ ਕਥਾਵਾਚਕ ਕੁਰਸੀ ਲਾ ਕੇ ਜਿੱਦਾਂ ਬਾਬੇ ਨੀ ਗੱਦੀ ਲਾਉਂਦੇ ਜਿਹਨਾਂ ਨੂੰ ਸੰਤਾਂ ਨੇ ਮਸਾਲਾ ਦਿੱਤਾ ਸੀ ਨਰਕ ਧਾਰੀਆ ਗੱਡੀ ਚੜਾਇਆ ਇਹ ਉਹ ਚੀਜ਼ਾਂ ਕਰਨ ਨੂੰ ਫਿਰਦੇ ਆ ਵੀ ਜਿੱਦਾਂ ਪੈਲਸ ਚ ਕਲਾਕਾਰ ਲੱਗਦਾ ਗੁਰਦੁਆਰੇ ਦੇ ਦਰਬਾਰ ਚ ਇੱਦਾਂ ਬਹਿਣੇ ਸ਼ੁਰੂ ਹੋ ਜਾਣ ਸਾਰੇ ਤੇ ਗੁਰੂ ਦਾ ਸਤਿਕਾਰ ਪਰ ਹੋਣਾ ਨਹੀਂ ਤਾਂ ਇਹ ਮੈਂ ਬੇਨਤੀ ਕੀਤੀ ਭਾਗਾਂ ਵਾਲਿਓ